ਬਲਦੇਵ ਸਿੰਘ ਦਾ ਨਾਵਲ ਕੱਚੀਆਂ ਕੰਨਾਂ ਪਹਿਲਾ ਅੰਗ ਕੁਝ ਦੇਰ ਤੱਕ ਰਿਕਸ਼ੇ ਨੂੰ ਦੇਖਣ ਵਿੱਚੋਂ ਐਵੇਂ ਹਵਾ ਨੂੰ ਗਾਲਾਂ ਦਿੰਦਾ ਉਹ ਹਜ਼ਰਾਂ ਚਰਸਤੇ ਵੱਲ ਹੌਲੀ-ਹੌਲੀ ਥਿੜਕਦੇ ਪੈਰੀਂ ਝੂਲਦਾ ਤੁਰ ਪਿਆ ਉਹਨੂੰ ਆਪਣੇ ਪਿੱਛੇ ਉਹਨਾਂ ਕੁੜੀਆਂ ਦੀ ਚੁੱਭਵੀਂ ਹਾਸੜ ਸੁਣੀ ਜਿਹੜੀਆਂ ਹਾਲੇ ਵੀ ਕਿਸੇ ਗਾਹਕ ਦੇ ਆਉਣ ਦੀ ਉਡੀਕ 'ਚ ਖੜੀਆਂ ਸਨ ਕਈ ਆਵਾਜ਼ਾਂ ਦੂਰ ਤਿੱਕਰ ਉਹਦੇ ਪਿੱਛੇ ਆਈਆਂ ਖੋਚੀਆਂ ਪੱਦੀਆਂ ਨੰਗੀਆਂ ਮੇੜੀਆਂ ਪਰਿਆਂ ਆਵਾਜ਼ਾਂ ਪਰ ਸ਼ਰਾਬੀ ਤੋਤ ਰਹਿੰਦੀਆਂ ਪਿਛਾਈ ਮੁਰ ਜਾਂਦੀਆਂ ਰਹੀਆਂ ਉਹਨੇ ਸਾਲੀਆਂ ਕੁੱਤੀਆਂ ਰੰਡੀਆਂ ਆਖ ਕੇ ਪੁੰਜੇ ਥੁੱਕ ਦਿੱਤਾ ਕੁੜੀਆਂ ਨੇ ਅਮਾਰ ਦਾਦਾ ਸਾਡਾ ਵੱਡਾ ਵੀਰ ਆਖ ਕੇ ਹਨੇਰੀ ਦੀ ਹਵਾ ਚ ਚੁੰਮਣ ਸੁੱਟੇ ਓਵੇਂ ਡਿੱਕ ਡੋਲੇ ਖਾਂਦਾ ਤੁਰਿਆ ਆ ਸਸਤੀ ਸ਼ਰਾਬ ਫੁਗਲੀ ਨਦੀ ਚਾਇ ਜਵਾਰ ਪਾਟੇ ਵਾਂਗ ਚੜੀ ਉਹਨੂੰ ਆਪਣਾ ਫੋਲਾ ਫੋਲਾ ਹੋਰ ਹੌਲਾ ਲੱਗਦਾ ਗਿਆ ਉਦੇ ਸਾਹਮਣੇ ਟਰામ ਲਾਈਨ ਜਿਵੇਂ ਭੱਜ ਰਹੀ ਸੀ ਉਖੜੋ ਗਿਆ ਗੋਹ ਨਾਲ ਟਰામ ਲਾਈਨ ਵੱਲ ਵੇਖਣ ਲੱਗਾ ਫਿਰ ਬੈਠ ਕੇ ਟਰામ ਲਾਈਨ ਨੂੰ ਛੂ ਕੇ ਵੇਖਿਆ ਝਾੜਨ ਨਾਲ ਮੂੰਹ ਪੁੰਝ ਕੇ ਉੱਚੀ ਉੱਚੀ ਹੱਸਣ ਲੱਗਾ ਮੇਰੂ ਸ਼ਰਾਬੀ ਹੋ ਗਿਆ ਬਈ ਓਏ ਇੰਨਾ ਜ਼ਿਆਦਾ ਉੱਚੀ ਬੋਲਿਆ ਗਿਆ ਡਰ ਕੇ ਆਸੇ ਪਾਸੇ ਵੇਖਣ ਲੱਗਾ ਫਿਰ ਉੱਠ ਕੇ ਤੁਰ ਪਿਆ ਹਰੀਸ਼ ਮੁਕਰਜੀ ਰੋਡ ਦੇ ਮੋੜ ਤੇ ਉੰਗ ਰਿਆ ਰਿਕਸ਼ੇ ਵਾਲਾ ਉਦੇ ਦਬਕੇ ਨਾਲ ਤਰਬਕੇ ਉੱਠ ਬੈਠਾ ਤੇ ਹੱਥ 'ਚ ਫੜਿਆ ਘੁੰਗਰੂ ਬੇਤਿਆ ਨਹੀਂ ਖੜਕ ਪਿਆ ਪਲੋ ਪਲ ਚੁੱਪ ਹੋਰੀ ਰਾਤ ਵਿੱਚ ਖੜਕ ਕੇ ਘੁੰਗਰੂ ਦੀ ਆਵਾਜ਼ ਉਹਨੂੰ ਡਲਹੌਜ਼ੀ ਸਕੁਅਰ ਵਾਲੇ ਗਿਰਜੇ 'ਚ ਐਤਵਾਰ ਨੂੰ ਖੜਕਦੇ ਘੰਟਿਆਂ ਵਰਗੀ ਜਾਪੀ ਜਿੱਥੇ ਕੱਲੂ ਆਪਣੀ ਟੈਕਸੀ 'ਚ ਇੱਕ ਪਾਦਰੀ ਨੂੰ ਉਤਾਰ ਕੇ ਆਇਆ ਸੀ ਬਿਨਾਂ ਤਕਰਾਰ ਕੀਤੇ ਓ ਰਿਕਸ਼ੇ 'ਚ ਬੈਠ ਗਿਆ ਅਚਾਨਕ ਉਹਦਾ ਹੱਥ ਜੇਬ ਉੱਪਰ ਗਿਆ ਸਭ ਕੁਝ ਠੀਕ ਸੀ ਇੱਕ ਤਸੱਲੀ ਜਈ ਨਾਲ ਉਦੀ ਧੌਣ ਜੇ ਵੱਲ ਲੁੜਕ ਗਈ ਤੇ ਉਹਦੇ ਮੂੰਹੋਂ ਇੰਨਾ ਹੀ ਨਿਕਲਿਆ ਚੱਲੋ ਰਿਕਸ਼ੇ ਵਾਲੇ ਨੇ ਇੱਕ ਪਲ ਉਹਦੇ ਚਿਹਰੇ ਨੂੰ ਘੂਰਿਆ ਇੱਕ ਗੜ ਦੁਗੜੀ ਲਪੇਟੀ ਪੱਗ ਵਿੱਚੋਂ ਦੀ ਅਣਵਾਹੀ ਕਿਸ ਰਿਕਸ਼ੇ ਦੀ ਉਧੜੀ ਸੀਟ ਵਿੱਚੋਂ ਬਾਹਰ ਨਿਕਲੇ ਨਾਰੀਅਲ ਦੇ ਰੇਸ਼ਿਆਂ ਵਰਗੇ ਦਿਸੇ ਥਕਾਵਟ ਨਾਲ ਤੇ ਸ਼ਰਾਬ ਦੇ ਨਸ਼ੇ ਨਾਲ ਅਦਮੀਟੀਆਂ ਅੱਖਾਂ ਜੜੀ ਲਾ ਕੇ ਕਤਰੀ ਦਾੜੀ ਮੋਢੇ ਤੇ ਰੱਖਿਆ ਲਾਲ ਝਾੜਨ ਵੇਖ ਕੇ ਰਿਕਸ਼ੇ ਵਾਲੇ ਨੂੰ ਉਹਦੇ ਟੈਕਸੀ ਡਰਾਈਵਰ ਹੋਣ ਬਾਰੇ ਸ਼ੱਕ ਨਾ ਰਿਹਾ 릭ਸ਼ੇ ਵਾਲਾ ਜਾਣਦਾ ਰਾਤ ਵੇਲੇ ਪੰਜਾਬੀ ਡਰਾਈਵਰ ਅਕਸਰ ਜੱਗੂ ਬਾਜ਼ਾਰ ਵਾਲ ਜਾਂ ਗੋਪਾਲ ਦੇ ਹੋਟਲ ਤੀਕਰ ਜਾਂਦੇ ਹਨ ਕਈ ਵਾਰ ਤਾਂ ਕੋਈ ਡਰਾਈਵਰ ਅਜਈਆਂ ਯਬਲੀਆਂ ਮਾਰਦਾ ਪਤਾ ਹੀ ਨਹੀਂ ਲੱਗਦਾ ਕਿੱਧਰ ਜਾਣਾ ਹੈ ਉਹ ਆਪਣੇ ਘਰ ਮੂਰੇ ਵੀ ਖੜਾ ਕਰੀ ਜਉ ਤੂੰ ਮੈਨੂੰ ਕਿੱਥੇ ਲੈ ਆਇਆ ਕੁਝ ਪਲ ਰਿਕਸ਼ੇ ਵਾਲਾ ਹੱਥ 'ਚ ਰਿਕਸ਼ੇ ਦੇ ਬੰਮ ਫੜੇ ਖੜਾ ਤੇ ਤੁਰੰਤ ਦੇ ਪੂਰੇ ਰੌਂਚ ਡਰਾਈਵਰ ਦੇ ਹੁਕਮ ਦੀ ਉਡੀਕ ਕਰਦਾ ਰਿਹਾ ਫਿਰ ਆਪਣੀ ਸਮਝ ਅਨੁਸਾਰ ਉਹਨੇ ਹਰੀਸ਼ ਮੁਕਰਜੀ ਰੋਡ ਵੱਲ ਘੁਮਾ ਲਿਆ ਉਦੇ ਸਾਹਮਣੇ ਫਿਲਮ ਦੇ ਇੱਕ ਵੱਡੇ ਪੋਸਟਰ ਤੇ ਅਮਜ਼ਦ ਖਾਨ ਹੱਥ 'ਚ ਛੋਰਾ ਲਈ ਖੜਾ ਉਹਨੂੰ ਘੂਰ ਰਿਹਾ ਸੀ ਬਾਪਰੇ ਬਾਪ ਬਿਹਾਰੀ ਰਿਕਸ਼ਾ ਚਾਲਕ ਦੇ ਮੂੰਹ ਸੁਭਾਵਕ ਹੀ ਨਿਕਲ ਗਿਆ ਤੇ ਉਹ ਜੱਗੂ ਬਾਜ਼ਾਰ ਵੱਲ ਚੱਲਣ ਲੱਗਾ ਸ਼ਰਾਬੀ ਸਵਾਰੀ ਦੀ ਅਚਾਨਕ ਘੁਰਕੀ ਸੁਣ ਕੇ ਉਹ ਦੂਰਾ ਹੋ ਕੇ ਥਾਂ 'ਤੇ ਪੈਰ ਗੱਡ ਗਿਆ ਹੈਰਾਨ ਹੋਇਆ ਪੁੱਛਣ ਲੱਗਾ ਕਾਹੂਆ ਬਾਬੂ ਤੇਰੀ ਭੈਣ ਦਾ ਬੋਲਣ ਲੱਗਣ ਤੇ ਲੱਗੇ ਦੇ ਮੂੰਹ 'ਚ ਥੁੱਕ ਵਗ ਗਿਆ ਬਾਬੂ ਗਾਲੀ ਨਹੀਂ ਦੇਗਾ ਰਿਕਸ਼ੇ ਵਾਲਾ ਵੱਟ ਖਾ ਗਿਆ ਇੱਧਰ ਜਾਣ ਨੂੰ ਕਿਹਨੇ ਆਖਿਆ ਤੈਨੂੰ ਸਰਦਾਰ ਘੁਰਕੇਆ ਖੁਦ ਤੋਂ ਸੋਰ ਹੈ ਮੈਨੂੰ ਕੋਈ ਪਤਾ ਕਿੱਥੇ ਨੂੰ ਜਾਣਾ ਹੈ ਬਿਹਾਰੀ ਰਿਕਸ਼ੇ ਵਾਲੇ ਪੰਜਾਬੀਆਂ ਨਾਲ ਵਾਹ ਪੈਣ ਕਰਕੇ ਅਦ ਪਛਤ ਦੀ ਪੰਜਾਬੀ ਕੁਸੇੜਨ ਲੱਗ ਪਏ ਹਨ ਇਹ ਰਿਕਸ਼ਾ ਪੰਜਾਬ ਦੇ ਰਿਕਸ਼ਿਆਂ ਵਰਗਾ ਨਹੀਂ ਹੁੰਦਾ ਇਸ ਰਿਕਸ਼ੇ ਨੂੰ ਆਦਮੀ ਪਸ਼ੂਆ ਵਾਂਗ ਆਪ ਖਿੱਚਦਾ ਹੈ ਦੋ ਪਹੀਆਂ ਦੇ ਸਾਹਮਣੇ ਤਾਂਗੇ ਵਾਂਗ ਦੋ ਬਾਂਸ ਹੁੰਦੇ ਆ ਉਹਨਾਂ ਨੂੰ ਫੜ ਕੇ ਉਹ ਦੌੜਦਾ ਹੈ ਕਲਕੱਤੇ ਚ ਜੈ ਰਿਕਸ਼ੀ ਆਮਨ ਜਿਨ੍ਹਾਂ ਨੂੰ ਜ਼ਿਆਦਾਤਰ ਬਿਹਾਰੀ ਲੋਕ ਖਿੱਚਦੇ ਆ ਠੀਕ ਹੈ ਚੱਲ ਹੁਕਮ ਦੇ ਕੇ ਡਰਾਈਵਰ ਫੇਰ ਸੌਂ ਗਿਆ ਕਿੱਧਰ ਨੂੰ ਜਾਣਾ ਬਾਬੂ ਰਿਕਸ਼ੇ ਵਾਲੇ ਨੇ ਝੰਜੋੜਿਆ ਦੱਸਿਆ ਤਾਂ ਹੈ ਨਹੀਂ ਬਾਬੂ ਇਹੋ ਜੇ ਵੇਲੇ ਖਾਮ ਖਾ ਝਗੜਾ ਹੋ ਜਾਣ ਦਾ ਡਰ ਹੁੰਦਾ ਰਿਕਸ਼ੇ ਵਾਲੇ ਨੂੰ ਪਤਾ ਹੈ ਉਧਰ ਕਾਲੀ ਘਾਟ ਗੁਰਦੁਆਰੇ ਵੱਲ ਚੱਲ ਹੈ ਸ਼ਰਾਬੀ ਦੇ ਨੇ ਲਾਲ ਝਾੜਨ ਨਾਲ ਮੂੰਹ ਪੂੰਝਦਿਆਂ ਗਾਲ ਕੱਢੀ ਗਾਲੀ ਕਿਉਂ ਦਿੱਤਾ ਬਾਬੂ ਐਸਾ ਬੋਲ ਨਾ ਗੁਰਦੁਆਰਾ ਵੱਲ ਜਾਣਾ ਰਿਕਸ਼ੇ ਵਾਲੇ ਨੇ ਬੁੜਬੁੜ ਕਰਦਿਆਂ ਰਿਕਸ਼ਾ ਘੁਮਾ ਲਿਆ ਹਮ ਰਿਕਸ਼ਾ ਚਲਾਉਂਦਾ ਹੈ ਤੂੰ ਗਾੜੀ ਚਲਾਉਂਦਾ ਹੈ ਧੰਦਾ ਤਾਂ ਇਹ ਕੀ ਹੈ ਬਾਬੂ ਸਰਦਾਰ ਹੁਣ ਨਹੀਂ ਬੋਲਿਆ ਪੱਗ ਦਾ ਢਿੱਲਾ ਲੜ ਖੁੱਲ ਕੇ ਗਲ ਚ ਪੈ ਗਿਆ ਜਦੋਂ ਫੇਰ ਹਜ਼ਰਾਂ ਰੋਡ ਵੱਲ ਮੁੜੇ ਹੱਥ 'ਚ ਛੁਰਾ ਲਈ ਖੜਾ ਪੋਸਟਰ ਵਾਲਾ ਉਹਨਾਂ ਦੇ ਪਿੱਠ ਪਿੱਛੇ ਹੋ ਗਏ ਕਾਲੀ ਕਾ ਸਿਨੇਮੇ ਵਿੱਚੋਂ ਨਿਕਲੀ ਆਖਰੀ ਸ਼ੋਅ ਦੀ ਭੀੜ ਓਂਜਾਪਦੀ ਸੀ ਜਿਵੇਂ ਕਿਸੇ ਖੁੱਡ ਚ ਅਚਾਨਕ ਪਾਣੀ ਭਰਨ ਨਾਲ ਕੀੜੇ ਬਾਹਰ ਨਿਕਲ ਆਉਣ। ਦਰਸ਼ਕਾਂ ਦਾ ਰੌਲਾ, ਟੈਕਸੀਆਂ, ਕਾਰਾਂ ਦੇ ਹਾਰਨ ਤੇ ਰਿਕਸ਼ਿਆਂ ਦੇ ਘੰਗਰੂਆਂ ਦੀ ਟੰ ਟੰ ਨਾਲ ਅੱਧ ਸੁਤੇ ਮਹਾਨਗਰ ਦੀ ਇਹ ਨੁੱਕਰ ਅੱਬੜਵਾਈ ਉੱਠ ਬੈਠੀ। ਰਿਕਸ਼ੇ ਵਾਲਾ ਘੰਗਰੂ ਖੜਕਾਉਂਦਾ ਆਪਣਾ ਰਾਹ ਬਣਾਉਂਦਾ ਲੰਘਿਆ। ਭੀੜ ਦੀ ਮੱਛਰਾਂ ਵਰਗੀ ਭਿੰਪਣਾ ਹਟਨੇ, ਉੰਗਰੇ ਸ਼ਰਾਬੀ ਨੂੰ ਉਸਮਾਨ ਤੋਂ ਧਰਤੀ ਉੱਤੇ ਉਤਾਰ ਲਿਆ। ਹੁਣ ਉਹ ਪਹਿਲਾਂ ਨਾਲੋਂ ਹੁਸ਼ਿਆਰ ਹੋ ਕੇ ਬੈਠ ਗਿਆ ਤੇ ਆਪਣਾ ਇੱਕ ਹੱਥ ਜੇਬ ਤੇ ਘੁੱਟ ਲਿਆ। ਰਾਤ ਫੇਰੂੰਗਣ ਲੱਗੀ ਰਿਕਸ਼ੇ ਦੀ ਖੜਕ ਖੜਕ ਖੜਾਕ ਤੋਂ ਬਿਨਾ ਕੁਝ ਵੀ ਸੁਣਾਈ ਨਹੀਂ ਸੀ ਦਿੰਦਾ ਕਦੇ ਕਦੇ ਕੋਈ ਕਾਰ ਸਾਹਮਣੇੋਂ ਜਾਂ ਪਿੱਛੋਂ ਆ ਕੇ ਪੁਰਰ ਕਰਕੇ ਲੰਘ ਜਾਂਦੀ ਰਿਕਸ਼ੇ ਵਾਲੀ ਦੀ ਪਾਟੀ ਬਨੈਣ ਸੁਕੀਆਂ ਹੱਡੀਆਂ ਦਾ ਪਿੰਜਰ ਧੂਏ ਵਰਗਾ ਰੰਗ ਨੰਗੇ ਪੈਰ ਸ਼ਰਾਬੀ ਨੂੰ ਹੁਣ ਦੇਸੀ ਕੁਝ ਪਾਲ ਉਸ ਵਲ ਵਿੰਦਾ ਰਿਆ ਮਨ ਦੁਖੀ ਹੋ ਗਿਆ ਆਪਣੇ ਆਪ ਤੇ ਗੁੱਸਾ ਵੀ ਆਇਆ ਕੰਜਰਾ ਤੂਏ ਨੂੰ ਗਾਲਾਂ ਕੱਢੀਆਂ ਲਾਹਨਤ ਉੱਤਰਸ ਤੇ ਮੋਨ ਨਾਲ ਰਿਕਸ਼ੇ ਵਾਲੇ ਵੱਲ ਅੱਖਾਂ ਪੁੱਟ ਕੇ ਚਾਕਿਆ ਇਹ ਤਾਂ ਆਖਦਾ ਸੀ ਆਪਣਾ ਧੰਦਾ ਇਕੋ ਐ ਮੈਂ ਇਸ ਤਰ੍ਹਾਂ ਤਾਂ ਪਸ਼ੂਆਂ ਵਾਂਗ ਕੰਮ ਨਹੀਂ ਕਰਦਾ ਫਿਰ ਸੋਚਿਆ ਹੈ ਤਾਂ ਡਰਾਈਵਰ ਭਾਈ ਚਾਰੇ ਚੋਂ ਹੀ ਰਿਕਸ਼ੇ ਵਾਲੇ ਨੇ ਚੱਲਦੇ-ਚੱਲਦੇ ਹੀ ਘੁੰਗਰੂ ਵਾਲੇ ਹੱਥਾਂ ਨਾਲ ਮੁੜਕਾ ਪੁੰਝਿਆ ਸ਼ਰਾਬੀ ਨੂੰ ਰਿਕਸ਼ੇ 'ਚ ਬੈਠਣਾ ਔਖਾ ਹੋ ਗਿਆ ਉਹਨੇ ਸੀਟ ਤੇ ਧੱਫਾ ਮਾਰ ਕੇ ਆਖਿਆ ਰੋਕੋ ਰੋਕੋ ਹੈਰਾਨ ਹੋਇਆ ਰਿਕਸ਼ੇ ਵਾਲਾ ਰੁਕ ਗਿਆ ਗੁਰਦੁਆਰ ਤੋਂ ਬਹੁਤ ਆ ਗਿਆ ਬਾਬੂ ਉਨੇ ਪਾਟੇ ਜੇ ਗਮਚੇ ਨਾਲ ਮੱਥਾ ਰਗੜਿਆ ਤੇ ਹੌਂਕਣ ਲੱਗਾ। ਸ਼ਰਾਬੀ ਨੇ ਪਹਿਲਾਂ ਇੱਕ ਲੱਤ ੇਠਾਂ ਲਮਕਾਈ ਫਿਰ ਉੱਤਰ ਕੇ ਖੜਾ ਹੋ ਗਿਆ। ਰਿਕਸ਼ੇ ਵਾਲੇ ਨੇ ਸੋਚਿਆ ਸ਼ਾਇਦ ਪਿਸ਼ਾਬ ਵਗੈਰਾ ਕਰਨਾ ਹੋਵੇਗਾ ਪਰ ਸ਼ਰਾਬੀ ਨੇ ਉਹਦੇ ਹੱਥੋਂ ਘੁੰਗਰੂ ਖੋਲਿਆ। ਕੀ ਹੋਇਆ ਬਾਬੂ? ਰਿਕਸ਼ੇ ਵਾਲਾ ਫੇਰ ਡਰ ਗਿਆ ਸ਼ਾਇਦ ਕਿਸੇ ਗਲਤ ਰਾਹ ਮੁੜ ਗਿਆ ਹੋਵੇ। ਤੂੰ ਸਾਡਾ ਡਰਾਈਵਰ ਭਾਈ ਹੈ ਨਾ ਉਹ ਪੂਰੇ ਨਸ਼ੇ 'ਚ ਸੀ। ਹਾਂ ਹਾਂ ਨਹੀਂ ਰਿਕਸ਼ੇ ਵਾਲਾ ਡਰ ਰਿਹਾ ਸੀ। ਆਪਣਾ ਧੰਦਾ ਇੱਕੋ ਹੈ ਨਾ ਉਹਨੇ ਰੋਬ ਨਾਲ ਪੁੱਛਿਆ ਨੰਨਹੀਂ ਰਿਕਸ਼ੇ ਵਾਲੇ ਨੂੰ ਲੱਗਿਆ ਸਰਦਾਰ ਉਹਨੂੰ ਕੁੱਟੇਗਾ ਤੇ ਉਹ ਪਿੱਛੇ हट ਗਿਆ ਭਾਈਚਾਰਾ ਵੀ ਇੱਕੋ ਹੈ ਤੰਦਾ ਵੀ ਇੱਕੋ ਹੈ ਹੁਣ ਮੈਂ ਰਿਕਸ਼ਾ ਚਲਾऊं ਤੂੰ ਬੈਠ ਬਾਬੂ ਬਣ ਕੇ ਉਹਨੇ ਰਿਕਸ਼ੇ ਦੇ ਕੰਪਾਸ ਨੂੰ ਹੱਥ ਪਾ ਲਿਆ ਢਿੱਲਾ ਹੋ ਕੇ ਗਲ ਚ ਪਿਆ ਪੱਗ ਦਾ ਲਾੜੋ ਉਹਨੇ ਕੰਨ ਕੋਲ ਟੁੰਗ ਲਿਆ ਅਰੇ ਇਹ ਤੁਹਾਰ ਕੰਮ ਨਹੀਂ ਬਾਬੂ ਰਿਕਸ਼ੇ ਵਾਲਾ ਪਛੱਕਾ ਜਿਹਾ ਦੋ ਕਦਮ ਹੋਰ ਪਿੱਛੇ हट ਗਿਆ ਬਾੜਦਾ ਉਹ ਮਾਰਾਂ ਇੱਕ ਬੁੱਥੇ ਦੇ ਸਾਲੇ ਦੇ ਸ਼ਰਾਬੀ ਨੇ ਘੁੰਗਰੂ ਵਾਲਾ ਹੱਥ ਉੱਗਰਿਆ ਤਾਂ ਘੁੰਗਰੂ ਕੁੱਟਿਆ ਜਾ ਖੜਕ ਗਿਆ ਬਿਹਾਰੀ ਰਿਕਸ਼ੇ ਵਾਲਾ ਜਾਣਦਾ ਸ਼ਰਾਬੀ ਸਰਦਾਰ ਦੇ ਪੁੱਤਰ ਇਹਸਾਨ ਦਾ ਕੋਈ ਪਤਾ ਨਹੀਂ ਕਿੱਧਰ ਨੂੰ ਜਾਏਗਾ ਉਸ ਡਰ ਦੇ ਡਰਦੇ ਨੇ ਹੱਥ ਜੋੜੇ ਨੌ ਬਾਬੂ ਇਹ ਤੂੰ ਹਾਰ ਕੰਮ ਨਹੀਂ ਸ਼ਰਾਬੀ ਨੇ ਜਫਾ ਭਰ ਕੇ ਉਹਨੂੰ ਸੀਟ ਤੇ ਸੁੱਟ ਦਿੱਤਾ ਰਿਕਸ਼ੇ ਵਾਲਾ ਉੱਠਣ ਲੱਗਿਆ ਤਾਂ ਇੱਕ ਖਸੁੰਨ ਝੜ ਦਿੱਤਾ ਤੇ ਰਿਕਸ਼ੇ ਵਾਲੇ ਦੇ ਨਾ ਨਾ ਕਰਦੇ ਤੋਂ ਰਿਕਸ਼ਾ ਚੁੱਕ ਲਿਆ ਸ਼ਰਾਬੀਆਂ ਦਾ ਵੈਣ ਕੰਪਾਸ ਨਾਲ ਘੁੰਗਰੂ ਖੜਕਾ ਕੇ ਵੇਖਿਆ ਰਿਕਸ਼ੇ ਵਾਲੇ ਵੱਲ ਚੱਕਿਆ ਉਹ ਡਰਿਆ ਉਤਰਨਾ ਚਾਹੁੰਦਾ ਵੀ ਸਹਿਮਿਆਂ ਬੈਠਾ ਸੀ ਇੱਕ ਵਾਰ ਫੇਰ ਉਹਨੇ ਹੱਥ ਜੋੜੇ ਨਾਮ ਬਾਬੂ ਸ਼ਰਾਬ ਦੇ ਨਸ਼ੇ 'ਚ ਸਰਦਾਰ ਹੋ 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 ਕਰਕੇ ਹੱਸ ਪਿਆ ਬੜਾ ਹੀ ਨਵਾਂ ਤੇ ਰੌਚਕ ਅਨੁਭਵ ਸੀ ਸ਼ਰਾਬ ਦਾ ਨਸ਼ਾ ਸੀ ਉਹਨੇ ਜੈਕਾਰਾ ਛੱਡਿਆ ਬੋਲੇ ਸੋਨਿਆ ਫਿਰ ਆਪ ਹੀ ਸੋ ਸ੍ਰੀਕਾਲ ਕਹਿ ਕੇ ਰਿਕਸ਼ਾ ਤੋਰਿਆ ਖਿੱਚਿਆ ਤੇ ਦੜੰਗੇ ਮਾਰਨ ਵਾਲਿਆਂ ਵਾਂਗ ਭੱਜ ਤੁਰਿਆ ਰਿਕਸ਼ਾ ਵਾਲਾ ਰੋਲਾ ਪਾਉਣ ਲੱਗਾ ਬਾਬੂ ਭਾਗਣਾ ਨਹੀਂ ਬਾਬੂ ਤੇਜ਼ ਨਹੀਂ ਅਰੇ ਕੋਈ ਰੋਕੋ ਪਰ ਸਰਦਾਰ ਉਹਵੇਂ ਭੱਜਿਆ ਜਾ ਰਿਹਾ ਸੀ ਜਿਵੇਂ ਉਸ 'ਚ ਭੂਤ ਰਹਾ ਵੜੇ ਹੋ ਰਿਕਸ਼ੇ ਵਾਲਾ ਰੋਣ ਲੱਗਾ ਓ ਮਾਂ ਏ ਭਗਮਾਨ ਅਰੇ ਕੋਈ ਰੋਕੋ ਰੇ ਭੱਜ ਜਾਂਦਾ ਸ਼ਰਾਬੀ ਅੜਕਿਆ ਰਿਕਸ਼ੇ ਵਾਲੇ ਨੇ ਡਰ ਕੇ ਅੱਖਾਂ ਬੰਦ ਕਰ ਲਈਆਂ ਸਰਦਾਰ ਗੁੱਡਣੀਆਂ ਡਿੱਗਦਾ ਮੁੱਦੇ ਮੂੰਹ ਸੜਕ ਦੇ ਵਿੱਚ ਘਾਰ ਜਾ ਡਿੱਗਾ ਰਿਕਸ਼ਾ ਉਹਦੇ ਉੱਪਰੋਂ ਦੀ ਲੰਘ ਗਿਆ ਰਿਕਸ਼ੇ ਵਾਲਾ ਉਲਟ ਕੇ ਪਰਾ ਜਾ ਡਿੱਗਾ ਉਹ ਕਾਲੀ ਨਾਲ ਉੱਠਿਆ ਇੱਧਰ ਉੱਧਰ ਦੇਖਿਆ ਦੂਰ ਇੱਕ ਦੋ ਟਾਵੇਂ ਬੰਦੇ ਆਉਂਦੇ ਜਾਂਦੇ ਦਿਸੇ ਕੋਲੋਂ ਲੰਘਦੀ ਇੱਕ ਕਾਰ ਨੇ ਬ੍ਰੇਕਾਂ ਉੱਪਰ ਜ਼ਰਾ ਪੈਰ ਰੱਖੇ ਪਰ ਉਹ ਰੁਕੀ ਨਹੀਂ ਰਿਕਸ਼ੇ ਵਾਲੇ ਨੇ ਸਰਦਾਰ ਨੂੰ ਉਠਾਇਆ ਡਿੱਗੀ ਪਈ ਪਾਗੋ ਨੂੰ ਫੜਾਈ ਚੋਟ ਲੱਗ ਗਈ ਨਾ ਬਾਬੂ ਕਿਹਾ ਤੁਸੀਂ ਇਹ ਤੁਹਾਾਰ ਕੰਮ ਨਹੀਂ ਹਮਦਰਦੀ ਨਾਲ ਰਿਕਸ਼ਾ ਵਾਲਾ ਅੱਖਾਂ ਭਰ ਆਇਆ ਸਾੜੀ ਸੜਕ ਖਰਾਬ ਸੀ ਸਿਰ ਤੇ ਪਾਗ ਬਲੇਟ ਦਾ ਉਹ ਕੱਚਾ ਜਿਹਾ ਹੁੰਦਾ ਹੱਸਿਆ ਖੱਬੀ ਅੱਖ ਦੇ ਥੱਲੇ ਲਹੂ ਵਗ ਰਿਆ ਸੀ ਗੋਡਿਆਂ ਉੱਪਰੋਂ ਟਾਟੀਆਂ ਲੱਥ ਗਈਆਂ ਸਨ ਉਹਨੇ ਜੇਬ ਟੋਹੀ ਫਿਰ ਪਰਾਂ ਡਿੱਗੀ ਪਈ ਰਿਕਸ਼ੇ ਦੀ ਸੀਟ ਚੁੱਕ ਲਈ ਘੁੰਗਰੂ ਪਤਾ ਨਹੀਂ ਕਿੱਧਰ ਡਿੜ ਗਿਆ ਸੀ ਚੱਲ ਬੈਠ ਘਰ ਛੋੜਾ ਵਾ ਬਿਹਾਰੀ ਨੇ ਆਪਣਾ ਰਿਕਸ਼ਾ ਠੀਕ ਕਰ ਲਿਆ ਤੇ ਘੁੰਗਰੂ ਲੱਭਣ ਲੱਗਾ ਪਰ ਸਰਦਾਰ ਰਿਕਸ਼ੇ 'ਚ ਨਹੀਂ ਬੈਠਾ ਉਹਨੇ ਰਿਕਸ਼ੇ ਵਾਲੇ ਨੂੰ 5 ਰੁਪਈਆ ਦਾ ਨੋਟ ਦੇਣਾ ਚਾਹਿਆ ਬਿਹਾਰੀ ਨੇ ਲਿਆ ਨਹੀਂ ਤੇ ਘੁੰਗਰੂ ਲੱਪਣਾ ਛੱਡ ਕੇ ਰਿਕਸ਼ਾ ਲੈ ਕੇ ਚੁੱਪਚਾਪ ਚਾਹ ਮੋੜ ਪਿਆ। ਕੁਝ ਪਲ ਸ਼ਰਾਬੀ ਆਪਣੀਆਂ ਸੱਟਾਂ ਭੁੱਲ ਕੇ ਤੁਰੇ ਜਾਂਦੇ ਰਿਕਸ਼ੇ ਵਾਲੇ ਵੱਲ ਨਿਹਾਰਦਾ ਰਿਹਾ ਫਿਰ ਲੰਗ ਮਾਰਦਾ ਹੌਲੀ-ਹੌਲੀ ਤੁਰ ਪਿਆ। ਧਰਮਤਲਾ ਤੋਂ ਮੋਮਨਪੁਰ ਵੱਲੋਂ ਦੀ ਘੁੰਮ ਕੇ ਆਉਂਦੀਆਂ ਟਰਾਂਮਾ ਟਾਲੀਗੰਜ ਤੇ ਗਾੜੀਆਂ ਗੜੀਆਂ ਹਾਟ ਦੀਪੂ ਵੱਲ ਧਗੜ-ਧਗੜ ਕਰਦੀਆਂ ਲੰਗ ਰਹੀਆਂ ਦੀ ਆਵਾਜ਼ ਸੁਣ ਰਹੀ ਸੀ। ਸ਼ਰਾਬੀ ਦੇ ਖੱਬੇ ਹੱਥ ਵੱਲ ਦਾ ਸਾਰਾ ਇਲਾਕਾ ਲੋਡ ਸ਼ੈਡਿੰਗ ਕਾਰਨ ਹਨੇਰਾ ਸੀ ਕਿਸੇ ਕਿਸੇ ਖਿੜਕੀ ਚੋਂ ਮੋਮਬੱਤੀ ਦੀ ਕੰਬਦੀ ਲਾਟ ਚ ਹਿੱਲਦੇ ਪਰਛਾਵੇਂ ਭੂਤ ਪ੍ਰੇਤਾਂ ਵਾਂਗ ਦਿਸਦੇ ਸਨ ਉਹ ਆਪਣੇ ਘਰ ਦੀ ਗਲੀ ਮੋੜਨ ਲੱਗਿਆ ਤਾਂ ਪਿੱਛੋਂ ਕਿਸੇ ਨੇ ਉਹਦੇ ਮੋਢੇ ਤੇ ਹੱਥ ਆ ਰੱਖਿਆ ਕੰਜਰਾ ਗੁੰਡਾ ਹੋਇਆ ਜਾਣਾ ਉਹਨੇ ਇੱਕ ਪਾਸੇ ਛੁੱਟੀ ਧੌਣ ਸੰਭਾਲ ਕੇ ਪਿਛਾਂ ਵੇਖਿਆ ਰਾਸ बिहारी ਦੇ ਮੋੜ ਵਾਲੇ ਹੋਟਲ ਚ ਰੋਟੀ ਖਾ ਕੇ ਨਿਕਲਿਆ ਲੱਛੂ ਖੜਾ ਮੁਸਕੜੀਏ ਹੱਸ ਰਿਹਾ ਸੀ ਮੂਥ ਸਪਾਈਸ ਆਫ ਦੇ ਦਾਣਿਆਂ ਨੂੰ ਚਬਣ ਕਰਕੇ ਉਹਦੀਆਂ ਨਿੱਕੀਆਂ ਮੁੱਛਾਂ ਟਿੱਡੀਆਂ ਦੀਆਂ ਮੁੱਛਾਂ ਵਾਂਗ ਫਰਕ ਰਹੀਆਂ ਸਨ ਸ਼ਰਾਬੀ ਪੂਰੀਆਂ ਅੱਖਾਂ ਟੱਡ ਕੇ ਉਸ ਵਾਲੇ ਇੱਕ ਵਾਰ ਚੱਕਿਆ ਫਿਰ ਨੀਵੀਂ ਪਾ ਕੇ ਬੋਲਿਆ ਹੈ ਆਹੋ ਓਏ ਆ ਕੀ ਮਿਨਾ ਕਰੀ ਕਰੀ ਫਿਰਦਾ ਹੈ ਹੋਟਲ ਚ ਆਉਂਦੀ ਮੱਧਮ ਜੀ ਰੌਸ਼ਨੀ ਚ ਲੱਛੂ ਨੇ ਅੱਖ ਥੱਲੇ ਦੀ ਸੱਟ ਤੇ ਗੋਡੇਆਂ ਖੋਲੋ ਗੋਡਿਆਂ ਕੋਲੋਂ ਪਜਾਮੇ ਉੱਤੇ ਸਿਮਿਆਂ ਲੋ ਵੇਖ ਕੇ ਫਿਕਰ ਨਾਲ ਪੁੱਛਿਆ ਹੂੰ ਐਵੇਂ ਕਰੀਦੀ ਐ ਉਹਨੇ ਮੁਰਗੇ ਵਾਂਗ ਧੌਣ ਕਢਾਈ ਪਰ ਨਸ਼ੇ ਦੀ ਵਾਧ ਨਾਲ ਆਪਣੇ ਆਪ ਹੀ ਠਾਂ ਡਿੱਗ ਪਈ ਉਹ ਇੱਕ ਗੱਡੀ ਲਾਤੀ ਲੱਛੂ ਨੇ ਦੰਦਾ ਜ ਫਸਿਆ ਸੌਂਫ ਦਾ ਦਾਣਾ ਬਾਹਰ ਥੁੱਕਦਿਆਂ ਉੱਚੀ ਸਾਰੀ ਪੁੱਛਿਆ ਪਰ ਸ਼ਰਾਬੀ ਹੱਥ ਖੜਾ ਕਰਕੇ ਅਲਵਿਦਾ ਕਹਿੰਦਾ ਤੁਰ ਗਿਆ ਇਹ ਵੀ ਬੰਦਾ ਹੀ ਐ ਲੱਛੂ ਦੇ ਬੋਲ ਉਸ ਤੱਕ ਨਹੀਂ ਪਹੁੰਚੇ ਉਹ ਗਵਾਲਿਆਂ ਦੇ ਖੁੱਲੇ ਆਹਾਤੇ ਚੋਂ ਲੰਘਦਾ ਮੱਜਾਂ ਦੇ ਗੋਹੀ ਮਿੱਧਦਾ ਲਿਬੜੀਆਂ ਪੂਛਾਂ ਨੂੰ ਹੱਥ ਪਾ ਕੇ ਬੋਝ-ਪੋਝ ਤੁਰਦਾ ਇੱਕ ਤੰਗ ਜੀ ਗਲੀ 'ਚ ਜਰਜਰੇ ਹੋਏ ਇੱਕ ਦਰਵਾਜ਼ੇ ਮੁਰੇ ਆਖੜਾ ਤੇ ਕੁੰਡਾ ਖੜਕਾਤਾ ਅੰਦਰੋਂ ਕੋਈ ਆਵਾਜ਼ ਨਹੀਂ ਆਈ ਉਹਨੇ ਫੇਰ ਕੁੰਡਾ ਖੜਕਾਇਆ ਤੇ ਨਾਲੇ ਗੁੱਸੇ ਨਾਲ ਬਿੱਲੇ ਵਾਂਗ ਗੁਰ ਗੁਰ ਕੀਤੇ ਹੁਣ ਅੰਦਰੋਂ ਮੰਜੇ ਦੇ ਝਰਕਣ ਦੀ ਆਵਾਜ਼ ਤਖਤਿਆਂ ਦੀਆਂ ਵਿਰਲਾਣ ਥਾਣੀ ਬਾਹਰ ਆਈ ਫੇਰ ਬੱਤੀ ਜਗੀ ਤੇ ਸਪਸ਼ਟ ਜਿਹਾ ਉਹਨੂੰ ਸੁਣਿਆ ਕੌਣ ਮੇਰੂ ਐ ਆਹ ਉਹ ਉਹਨੇ ਰੁੱਖਾ ਜਿਹਾ ਉੱਤਰ ਦਿੱਤਾ ਘੰਟਾ ਹੋ ਗਿਆ ਬਾਹਰ ਖੜੇ ਨੂੰ ਮਰ ਗਏ ਸਾਰੇ ਓਂਡਾ ਖੋਲਿਆ ਤੇ ਨਾਲ ਹੀ ਥੱਪੜ ਵਰਗੇ ਬੋਲ ਉਹਦੇ ਮੂੰਹ ਤੇ ਵੱਜੇ ਕਦੇ ਵੇਲੇ ਨਾਲ ਆਉਣ ਦੀ ਸੌ ਵੀ ਭੰਦਿਆ ਕਰ ਜਦੋਂ ਆਉਹ ਸਾਲਾ ਡਾਉਨ ਹੋ ਕੇ ਆਉਹ ਹੋਰ ਵੀ ਕਿੰਨਾ ਕੁਝ ਬੁੜਬੁੜ ਕਰਦੇ ਉਹਦੇ ਪਿਓ ਨੇ ਅੰਦਰ ਲੰਘਾ ਕੇ ਫਿਰ ਕੁੰਡਾ ਲਾ ਲਿਆ ਮੇਰੂ ਖਾਲੀ ਮੰਜੀ ਤੇ ਡਿੱਗ ਪਿਆ ਉਹਦਾ ਪਿਓ ਰੂਡ ਸਿੰਘ ਹਾਲੇ ਵੀ ਕੁੜੀ ਜਾਂਦਾ ਸੀ ਸਾਲੇ ਕਮਾਈਆਂ ਕਰਨ ਦੇ ਅਸੀਂ ਵੀ ਗੱਡੀਆਂ ਚ ਲਾਉਂਦੇ ਹੀ ਬੁੜੇ ਹੋਏ ਕਦੇ ਨਹੀਂ ਸੀ ਐਂ ਕੀਤੀ ਹੋਇਆ ਕਦੇ ਵਿਆਹ ਮੰਗਣੇ ਤੇ ਪੀ ਲਈ ਇਹ ਵੀ ਸਾਲਾ ਕੋਈ ਲਾੜ ਜਦੋਂ ਦੇਖੋ ਸਾਲਾ ਇੱਕੋ ਖੁੱਡ ਚੀ ਹੱਥ ਪਾਈ ਰੱਖੋ ਦੂਜਾ ਕੰਜਰੂ ਉਡਾਂ ਦੇ ਗਧੀਆਂ ਵਾਂਗੂ ਕਿਤੇ ਟਿਕਦਾ ਨਹੀਂ ਸੌਰੇ ਕ੍ਰਾਂਤੀਆਂ ਦੇ ਨਾ ਹੋਣ ਉਹਦਾ ਧਿਆਨ ਆਉਨੇ ਹੀ ਮਨ ਹੋਰ ਖਰਾਬ ਹੋ ਗਿਆ ਚੰਗੀ ਭਲੀ ਪੱਗ ਬੰਨਦਾ ਸੀ ਸਿੱਖੀ ਨਾਲ ਦੀ ਕੋਈ ਸ਼ਾਨ ਹੈ ਸਿੱਖੀ ਪਿੱਛੇ ਗੁਰੂਆਂ ਨੇ ਸਰਬੰਸ ਵਾਰਤਾ ਕੀ ਸੰਬਤੀ ਬੰਦ-ਬੰਦ ਕਟਵਾਤਾ ਇਸ ਵਾਲੇ ਐਵੇਂ ਲੁਕਦੇ ਫਿਰਦੇ ਮੋਖ ਮਾਰੀ ਜਾਂਦੇ ਆ ਕੰਜਰ ਨੇ ਚੋਂ ਬੰਦਿਆਂ ਚ ਖੜਨ ਜੋਗਾ ਨਹੀਂ ਛੱਡਿਆ ਕੀ ਬਾਉਰੀਆਂ ਜੀਆਂ ਬਣਾਈ ਫਿਰਦਾ ਇਹਨੂੰ ਪੁੱਛਣ ਵਾਲਾ ਹੋਵੇ ਕੋਈ ਕਦੇ ਤੁਹਾਡੇ ਲੀਡਰਾਂ ਲੋਡਰਾਂ ਨੇ ਲੈ ਆ ਪੰਗੇ ਤੁਹਾਡੇ ਆ ਅੰਮਰਸਰ ਮੁਰਵਾ ਦੇ ਤੇ ਨਾ ਕਿੰਨੇ ਵਿਚਾਰੇ ਅੱਗ ਲਾਈ ਡੱਬੂ ਕੰਦ ਤੇ ਐਂ ਕ੍ਰਾਂਤੀਆਂ ਆਉਂਦੀਆਂ ਹੁੰਦੀਆਂ ਸਾਡੇ ਗੁਰੂ ਆਪ ਮੂਰੇ ਹੋ ਕੇ ਲੜਦੇ ਹੁੰਦੇ ਸੀ ਜੰਗ 'ਚ ਸਿੰਘਾਂ ਨਾਲ ਰਲ ਕੇ ਹੁਣ ਤਾਂ ਲੀਡਰ ਕੁਰਨੇਆਂ 'ਚ ਬੈਠੇ ਹੁਕਮ ਚਾੜੀ ਜਾਂਦੇ ਆ ਐਂ ਕਿਤੇ ਜੰਗ ਜਿੱਤੀ ਜਾਊ ਧਿਆਨ ਫੇਰ ਵੱਡੇ ਮੁੰਡੇ ਵੱਲ ਹੋ ਗਿਆ ਆਂਦਾ ਫਿਰਦਾ ਮੈਂ ਲਿਆਉਂ ਇਨਕਲਾਬ ਓਏ ਸੋਹਰਿਆ ਘਰਖਾਨ ਨੂੰ ਹੈ ਨਹੀਂ ਪੂਰਾ ਪਰ ਜਵਾਕੜੀ ਬਿਰਲ ਬਿਰਲ ਕਰਦੀ ਫਿਰਦੀ ਐ ਬਗਾਨੀ ਧੀ ਅੱਡ ਸੂਲੀ ਤੇ ਟੰਗੀ ਐ ਸਾਡੀ ਆਤਮਾ ਨੂੰ ਤਪਾ ਕੇ ਕਿੱਥੋਂ ਆਜੂ ਤੇਰਾ ਇਨਕਲਾਬ ਕੀਜੀ ਮੰਜੀ ਤੇ ਗੁੱਛਾ ਮੁਛਾ ਹੋਏ ਪਏ ਮੇਰੂ ਤੇ ਨਿਗਾਹ ਗਈ ਤਾਂ ਅੰਦਰ ਲਹੋਰ ਭੜਕ ਪਿਆ ਪਿਆ ਵੇਖ ਸਾਲਾ ਗੱਟੜੀ ਜੀ ਬਣੀ ਘੱਟ ਪੀ ਲੋ ਕਦੇ ਨਾਗਾ ਹੀ ਪਾ ਲੋ ਮਰ ਲੋ ਜਿਹੜਾ ਰੂੜ ਸਿੰਘ ਦੇ ਸੁਭਾ ਨੂੰ ਨਹੀਂ ਜਾਣਦਾ ਉਹਦੀ ਅਜੀਬ ਬੁੜਬੁੜ ਤੋਂ ਹੋ ਸਕਦਾ ਹੈ ਅੰਦਾਜ਼ਾ ਲਾਵੇ ਜਿਵੇਂ ਬੁढ़ा ਰਹਿਰਾਸ ਦਾ ਪਾਠ ਕਰਦਾ ਹੋਵੇ ਸੁਣਦੀ ਐ ਰੂੜ ਸਿੰਘ ਨੇ ਆਪਣੀ ਘਰ ਵਾਲੀ ਕਰਤਾਰੀ ਨੂੰ ਆਵਾਜ਼ ਮਾਰੀ ਕਰਤਾਰੀ ਨੇ ਪਾਸਾ ਲੈ ਕੇ ਇਹ ਤਾਂ ਜਤਾਇਆ ਵੀ ਉਹ ਜਾਗਦੀ ਐ ਪਰ ਬੋਲੀ ਕੁਛ ਨਹੀਂ ਮੁੱਖਿਆ ਮਰਗੀ ਰੂੜ ਸਿੰਘ ਖਿਜ ਗਿਆ ਐਡਾਂ ਭਾਗਾਆਂ ਵਾਲਾ ਦਿਨ ਪਤਾ ਨਹੀਂ ਕਦੋਂ ਆਊ ਤੈਨੂੰ ਨੀਂਦ ਕਾ ਤੋ ਨਹੀਂ ਆਉਂਦੀ ਕਰਤਾਰੀ ਸੁੱਤ ਨੀਂਦੀ ਜੀ ਉੱਠ ਬੈਠੀ ਉਹ ਰੂੜ ਸਿੰਘ ਦੀ ਨਿੱਤ ਦੀ ਵੱਡੂ ਖਾਉ ਤੋ ਅੱਕੀ ਪਈ ਸੀ ਉਹ ਦਿਨ ਵੀ ਆਜੂ ਤੂੰ ਕਿਹੜਾ ਕਾਲ ਨੂੰ ਪਿੱਛੇ ਧੱਕ ਦੇਂਗੀ ਮੈਂ ਆਂਦਾ ਸੀ ਇਹ ਕੰਜਰ ਦੀ ਜੇਬ ਜੂ ਵੀ ਫਰੋਲਾ ਕਿਤੇ ਐਵੇਂ ਤਾਂ ਨਹੀਂ ਆਵੜਿਆ ਤੇਲ ਫੂਕ ਕੇ ਕਰਤਾਰੀ ਹੁੰਗਰਾ ਜਾਂ ਮਾਰ ਕੇ ਉੱਠੀ ਖਿਲਰੇ ਜੁੰਡੇ ਹੱਥ ਨਾਲ ਪਛਾਣ ਕੀਤੇ ਤੇ ਮਹਿਰੂ ਦੇ ਮੰਜੇ ਦੀ ਬਾਹੀ ਤੇ ਜਾ ਬੈਠੀ। ਪਿਛਲੇ ਜਨਮ ਦੇ ਦੁਸ਼ਮਣ ਜੰਪੇ ਤਾਂ ਜੇ ਨਾ ਹੋਣ ਤਾਂ ਸਬਰੀ ਕਰ ਲੈਂਦੇ ਬਈ ਹੈ ਨਹੀਂ। ਇਹਨਾਂ ਨੇ ਦੱਸ ਕੀ ਦਿੱਲੀ ਲੁੱਟ ਕੇ ਦੇਤੀ। ਹਰਖਰ ਰੂੜ ਸਿੰਘ ਦਾੜੀ ਚੁੰਗਲਾ ਨਾਲ ਕੰਗੀ ਮਾਰਨ ਲੱਗ ਪਿਆ। ਬੇਦਿਲਾ ਜਿਹਾ ਹੋ ਕੇ ਅੱਧੀ ਰਾਤ ਨੂੰ ਹੀ ਪਾਠ ਕਰਨ ਲੱਗਾ। ਜਦੋਂ ਕਰਤਾਰੀ ਨੇ ਸੁੱਤੇ ਪੈ ਮਹਿਰੂ ਦੀ ਜੇਬ 'ਚ ਹੱਥ ਪਾਇਆ ਅਗੜ ਦੁਗੜੇ ਨੋਟਾਂ ਦਾ ਰੁਗ ਕਰਤਾਰੀ ਦੇ ਹੱਥ 'ਚ ਆਇਆ। ਉਹ ਹੈਰਾਨ ਰਹਿ ਗਈ ਨੀਂਦ ਖੰਭ ਲਾ ਕੇ ਉੱਡ ਗਈ ਉਹਦੇ ਮੂੰਹੋਂ ਸੁਣਦੈ ਐਨਾ ਉੱਚੀ ਤੇ ਖੜਕਵਾ ਅਚਨ ਕਿਉਂ ਨਿਕਲਿਆ ਜਿਵੇਂ ਟਕੀ ਰਾਤ ਚ ਅੰਗੀਠੀ ਤੋਂ ਪਿੱਤਲ ਦਾ ਗਲਾਸ ਡਿੱਗ ਪਿਆ ਹੋਵੇ ਕਾਲੀ ਨਾਲ ਨੋਟਾਂ ਦੀ ਭਰੀ ਮੋਠੋ ਨੇ ਰੂੜ ਸਿੰਘ ਮੁਰੇ ਜਾ ਕੇ ਤੇ ਉਹ ਪਾਠ ਕਰਨਾ ਭੁੱਲ ਗਿਆ ਹੰਬਲਾ ਮਾਰ ਕੇ ਉੱਠਿਆ ਤੇ ਨੋਟਾਂ ਨੂੰ ਝੱਪਟ ਮਾਰ ਕੇ ਫੜਦਿਆਂ ਖਿੜਕੇ ਬੋਲਿਆ ਅੱਜ ਤਾਂ ਹੱਦ ਕਰਤੀ ਮੇਰ ਸਿਓਨੇ ਭਈ ਕੰਬ ਦੇ ਹੱਥਾਂ ਨਾਲ ਨੋਟ ਗਿਣਨ ਲੱਗਾ ਲਿਖਣ ਵਾਲੇ ਨੂੰ ਹੁਣ ਵੀ ਲੱਗਦਾ ਸੀ ਜਿਵੇਂ ਉਹ ਪਾਠ ਕਰ ਰਿਹਾ ਹੋਵੇ ਬੱਲੇ ਓਏ ਸ਼ੇਰਾ ਨੋਟ ਗਿਣਨ ਮਗਰੋਂ ਪੈਦਾ ਹੋਈ ਤਾਕਤ ਨਾਲ ਉਹ ਬੋਲਿਆ ਤੇ ਨੋਟਸ ਹਰਾਣੇ ਦੇ ਗਲਾਫ ਚ ਤੁੰਨ ਤੇ ਪੁੱਛ ਕਾ ਕਮਲੇ ਨੇ ਰੋਟੀ ਰੋਟੀ ਖਾਧੀ ਹੈ ਕਿ ਭੁੱਖਾ ਹੀ ਸੌਂ ਗਿਆ ਕਿੰਨੀ ਵਾਰੀ ਆਖਿਆ ਜੇ ਘੁੱਟ ਪੀਣੀ ਹੈ ਤਾਂ ਘਰੇ ਆ ਕੇ ਪੀ ਲੂ ਪਰ ਕੰਨ ਸਾਡੀ ਤਾਂ ਗੱਲ ਹੀ ਪਸੰਦ ਨਹੀਂ ਕਰਦੇ ਬੋਲਦਾ ਬੋਲਦਾ ਰੂੜ ਸਿੰਘ ਇੱਕ ਦੋ ਵਾਰ ਮਹਿਰੂ ਵੱਲ ਮੋਹ ਨਾਲ ਝਾਕਿਆ ਕਰਤਾਰੀ ਮਹਿਰੂ ਨੂੰ ਹਲੂਣ ਕੇ ਜਗਾਉਣ ਲੱਗੀ ਤਉ ਦੀ ਨਿਗਾ ਅੱਖ ਹੇਟਲੀ ਸੱਟ ਤੇ ਪਈ। ਕੋਡਿਆਂ ਉੱਪਰ ਸਿਮ ਕੇ ਜੰਮਿਆ ਲੋਹੂ ਵੀ ਦੇਸਿਆ। ਅੰਦਰ ਹੌਲ ਉੱਠਣ ਵਰਗਾ ਕੁਝ ਹੋਇਆ। ਪੁੱਤ ਵੇ ਆ ਕੀ ਹੋ ਗਿਆ? ਮਾਂ ਨੇ ਰੂਹ ਦੇ ਫਹਿ ਵਾਂਗ ਪੋਲਾ ਜਿਹਾ ਸੱਟ ਉੱਪਰ ਹੱਥ ਫੇਰਿਆ ਤਾਂ ਮੇਰੂ ਤਰਭ ਕੇ ਉੱਠ ਬੈਠਾ। ਆਈ ਤਾਂ ਉੱਠ ਕੇ ਉਰੇ ਕਰਤਾਰੀ ਘਬਰਾ ਗਈ। ਰੂੜ ਸਿੰਘ ਫੇਰ ਸੌਂ ਚੱਲਿਆ ਸੀ ਔਖਾ ਜਿਹਾ ਹੋ ਕੇ ਕਰਤਾਰੀ ਵੱਲ ਝਾਕਿਆ ਤਾਂ ਕਰਤਾਰੀ ਭਰੇ ਗਲੇ ਨਾਲ ਬੋਲੀ ਪਤਾ ਨਹੀਂ ਕਿੱਥੋਂ ਸੱਟਾਂ ਖਾ ਕੇ ਆਇਆ। ਉਮੋਂ ਨਾਲ ਮੇਰੂ ਦੇ ਸਿਰ ਦੇ ਵਾਲਾ ਨੂੰ ਸਵਾਰਨ ਲੱਗੀ ਮੇਰੂ ਨੂੰ ਬੈਠੇ ਬੈਠੇ ਫੇਰੂਂਗਾ ਗਈ ਤੇ ਉਹਦਾ ਸਿਰ ਮਾਂ ਦੇ ਮੋਢੇ ਨਾਲ ਜਾ ਵੱਜਿਆ ਰੂੜ ਸਿੰਘ ਉੱਠ ਕੇ ਕੋਲ ਆਇਆ ਸੱਟਾਂ ਵੱਲ ਫਿਕਰ ਨਾਲ ਵੇਖਣ ਲੱਗਾ ਜੇ ਅੱਖ ਨਿਕਲ ਜਾਂਦੀ ਜਾਂ ਜਾਂਦੀ ਹੋ ਜਾਣੀ ਸੀ ਸ਼ੁਕਰ ਹੈ ਵਾਹਿਗੁਰੂ ਦਾ ਜਦ ਹੀ ਮਨੰਦਰ ਡਾਰ ਉੱਪਰਿਆ ਕਿਤੇ ਗੱਡੀ ਤਾਂ ਨਹੀਂ ਐਕਸੀਡੈਂਟ ਹੋ ਗਈ ਉਹ ਸਾਰਾ ਕੰਬ ਗਿਆ ਮੇਰ ਅੱਗੋਂ ਗੱਲ ਪੁੱਛਣ ਦਾ ਉਹਦਾ ਹੌਸਲਾ ਨਹੀਂ ਪਿਆ ਦੇਗ ਪਿਆ ਸੀ ਬਾਪੂ ਐਵੇਂ ਝਰੀਟਾਂ ਜੀਆਂ ਲੱਗੀਆਂ ਬਹਿ ਜਾ ਤੁਸੀਂ ਮੇਰੂ ਲਾਪਰਵਾਹੀ ਨਾ ਲੱਖਾਂ ਮਿੱਟੀ ਬੋਲਿਆ ਵੇਖ ਕੇ ਤਾਂ ਹੂੰ ਨਹੀਂ ਚੱਲਦੀ ਭਾਵੇਂ ਅੱਗੇ ਖੂਪ ਪਟਿਆ ਹੋਵੇ ਰੂੜ ਸਿੰਘ ਡੋਲਦੇ ਦਿਲ ਨੂੰ ਟਿਕਾਣੇ ਕਰਦਾ ਬੋਲਿਆ ਗੱਡੀ ਠੀਕ ਠਾਕ ਸੀ ਜਿਹੜੀ ਸਾਰੇ ਜੀਆਂ ਦੀ ਰੋਟੀ ਦਾ ਵਸੀਲਾ ਸੀ ਮੁੰਡੇ ਦਾ ਕੀ ਹੈ ਇੱਕ ਅੱਧ ਦਿਨ ਚ ਠੀਕ ਹੋ ਜਾ ਪਰ ਜੇ ਟੈਕਸੀ 2 ਦਿਨ ਗਰਾਜ ਚ ਖੜ ਜੇ ਤਾਂ ਗਵੰਡੀਆਂ ਕੋਲੋਂ ਆਟਾ ਮੰਗਣ ਦੀ ਨੌਬਤ ਆ ਜਾਂਦੀ ਹੈ ਉਠ ਰੋਟੀ ਖਾ ਲੈ ਰੂਪ ਸਿੰਘ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਪਿਆਰ ਨਾਲ ਕਿਹਾ ਮਾਂ ਪਿਓ ਦਾ ਵਤੀਰਾ ਵੇਖ ਕੇ ਮਹਿਰੂ ਨੂੰ ਹਰਾਨੀ ਹੋਈ ਅਚਾਨਕ ਉਮੜ ਆਈ ਹਮਦਰਦੀ ਜਾਂ ਮੋਹ ਲਈ ਉਹ ਤਿਆਰ ਨਹੀਂ ਸੀ ਉਹ ਤਾਂ ਗਾਲਾਂ ਛਿੜਕਾਂ ਦਾ ਸਹਿੰਦੜ ਹੋ ਚੁੱਕਾ ਸੀ ਮਾਂ ਪਿਓ ਦੀ ਨਫ਼ਰਤ ਹੀ ਉਹਦੇ ਹਿੱਸੇ ਆਈ ਸੀ ਮਾਂ ਪਿਓ ਵੱਲੋਂ ਹੋਇਆ ਨਿਰਾਦਰ ਉਹਨੂੰ ਉਪਰਾਂ ਨਹੀਂ ਲੱਗਦਾ ਜਦੋਂ ਤੋਂ ਉਹਨੇ ਹੋਸ਼ ਸੰਭਾਲੇ ਗਾਲਾਂ ਛਿੜਕਾਂ ਨਾਲ ਹੀ ਉਹਦਾ ਵਾਹ ਪੈਂਦਾ ਆਇਆ ਪਹਿਲਾਂ ਗਰਾਜ ਵਿੱਚ ਗੱਡੀਆਂ ਦਾ ਕੰਮ ਸਿੱਖਣ ਲਾਇਆ ਤਾਂ ਮਿਸਤਰੀਆਂ ਨੇ ਆਪਣੀ ਟ੍ਰੇਨਿੰਗ ਵੇਲੇ ਦੇ ਬਦਲੇ ਉਸ ਕੋਲੋਂ ਲਏ ਜਿਵੇਂ ਹਰ ਨੂੰ ਸੱਸ ਬਣੀ ਉਹਦੀ ਨੂੰ ਤੋਂ ਬਦਲੇ ਲੈਂਦੀ ਐ ਗਰਾਜੋਂ ਭੱਜਿਆਓ ਲੇਥ ਖਰਾਦ ਦਾ ਕੰਮ ਸਿੱਖਣ ਲੱਗਾ ਉੱਥੇ ਵੀ ਗੱਲ ਨਾ ਬਣੀ ਅਖੀਰ ਬਾਪੂ ਵਾਲਾ ਕੰਮ ਹੀ ਰਾਸ ਆਇਆ ਉਹਨੇ ਟੈਕਸੀ ਦਾ ਲਾਇਸੈਂਸ ਬਣਵਾ ਲਿਆ ਜਦੋਂ ਮੇਰੂ ਵਿਹਲਾ ਫਿਰਦਾ ਹੁੰਦਾ ਸੀ ਉਦੋਂ ਸ਼ਰਾਬ ਦੇ ਨਸ਼ੇ 'ਚ ਰੂੜ ਸਿੰਘ ਬਾਬਾ ਗੱਜਣ ਸਿੰਘ ਦੇ ਬੋਲੇ ਸ਼ਬਦ ਕਦੀ ਕਦੀ ਆਖਿਆ ਕਰਦਾ ਸੀ ਮੇਰ ਸਿਆਏ ਸਰੀਰ ਜ਼ਮੀਨ ਅਰਗੈ ਇਹਨੂੰ ਖਾਲੀ ਰੱਖਾਂਗੇ ਤਾਂ ਬਹੁਤ ਭਾਰਾ ਗੁਨਾਹ ਹੋਏਗਾ ਮਾਂ ਨੇ ਰੋਟੀ ਲਿਆ ਕੇ ਮੰਜੇ ਤੇ ਰੱਖਤੀ ਪਹਿਲਾਂ ਜੀ ਉਹਨੂੰ ਭੁੱਖ ਲੱਗੀ ਹੁੰਦੀ ਤਾਂ ਆਪ ਹੀ ਚੁੱਕ ਕੇ ਖਾ ਲੈਂਦਾ ਨਾ ਹੀ ਉਹਨੂੰ ਕਿਸੇ ਨੇ ਪੁੱਛਿਆ ਸੀ ਨਾ ਹੀ ਕਦੇ ਉਹਨੇ ਰੋਟੀ ਮੰਗੀ ਸੀ ਪਰ ਅੱਜ ਇਸ ਤਰ੍ਹਾਂ ਦਾ ਉਪਰਾ ਸਵਾਗਤ ਵੇਖ ਕੇ ਉਹਦਾ ਮਨ ਭਰ ਆਇਆ ਰੋਣ ਨੂੰ ਜੀ ਕੀਤਾ ਪਰ ਆਪਣੇ ਆਪ ਨੂੰ ਸੰਭਾਲ ਲਿਆ ਉਹਨੇ ਤੇ ਅਣਮੰਨੇ ਜੇ ਮਨ ਨਾਲ ਰੋਟੀ ਖਾਣ ਲੱਗਾ ਰੂੜ ਸਿੰਘ ਚੁੱਪ ਹੋ ਗਿਆ ਸੀ ਕਰਤਾਰੀ ਵੀ ਜਾ ਕੇ ਪੈ ਗਈ ਮੰਜੇ ਤੇ ਸਿੱਧੀ ਹੁੰਦੇ ਆ ਉਹਦਾ ਵੱਡਾ ਸਾਰਾ ਹੌਕਾ ਸੁਣਿਆ ਮੇਰੂ ਨੂੰ ਅੱਧ ਪਚਦੀ ਰੋਟੀ ਖਾ ਕੇ ਬਿਨਾਂ ਹੱਥ ਧੋਤੇ ਅੰਕੁਰਲੀ ਕੀਤਿਆਂ ਬੱਤੀ ਬੁਝਾ ਕੇ ਮੇਰੂ ਮੰਜੇ ਤੇ ਟੇਡਾ ਹੋ ਗਿਆ ਫਿਰ ਪਤਾ ਨਹੀਂ ਸਭਨਾਂ ਨੂੰ ਕਦੋਂ ਨੀਂਦ ਆਈ ਰੂੜ ਸਿੰਘ ਦੇ ਘਰਾੜੇ ਤੇ ਪੱਖੇ ਦੇ ਸੁੱਕੇ ਬੈਰੰਗ ਦੀ ਖਰਚ ਖਰਚ ਕਮਰੇ ਦੀ ਬੰਦ ਹਵਾ ਚ ਸੁਣਦੇ ਰਹੇ ਧਿਆਨ ਨਾਲ ਸੁਣਨ ਤੇ ਪਤਾ ਲੱਗਦਾ ਸੀ ਪੱਖਾ ਵੀ ਤੇ ਰੂੜ ਸਿੰਘ ਵੀ ਦੋਵੇਂ ਵੱਖਰੂ 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 ਲਗਾਤਾਰ ਆਖੀ ਜਾ ਰਹੇ ਹੁਣ ਜਿਵੇਂ ਨੀਂਦ ਚ ਰੂੜ ਸਿੰਘ ਨੂੰ ਜਾਪਿਆ ਜਿਵੇਂ ਕੋਈ ਬੂਹਾ ਖੜਕਾ ਰਿਹਾ ਹੋਵੇ ਅੱਖਾਂ ਮਲਦੇ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਕੋਈ ਵੀ ਨਹੀਂ ਸੀ ਐਵੇਂ ਭੁਲੇਖਾ ਲੱਗਾ ਸੀ ਜਾਂ ਸੁਪਨਾ ਆਇਆ ਸੀ ਇਹ ਸਾਲੇ ਚੈਨ ਨਾਲ ਸੌਣ ਦੇਣਗੇ ਵੀ ਰੂੜ ਸਿੰਘ ਦੀ ਨੀਂਦ ਨੀਂਦ ਔਟਲ ਗਈ ਕਮਰੇ 'ਚ ਸਨਾਟਾ ਸੀ ਪੱਖੇ ਦੀ ਖਰਚ-ਖਰਚੀ ਰਸਮ ਹੀ ਜਾਂਦੀ ਸੀ ਉਹਨੂੰ ਯਾਦ ਆਈ ਉਹ ਰਾਤ ਜਦੋਂ ਕਰਮਜੀਤ ਸੱਚਮੁੱਚੀ ਅੱਧੀ ਰਾਤੀ ਹੌਂਕਦਾ ਘਾਰਾ ਵੜਿਆ ਸੀ। ਮੋਢੇ ਉਹੀ ਪੁਰਾਣਾ ਜਿਹਾ ਮੈਲਾ ਝੋਲਾ ਸੁੱਕੇ ਰੁੱਖੇ ਸਿਰ ਦੇ ਵਾਲ ਜਿਵੇਂ ਬਾਵ ਰੋਲਿਆਂ ਚ ਘਿਰਿਆ ਰਿਹਾ ਹੋਵੇ। ਅੱਖਾਂ ਉਂਈਂ ਦੀਆਂ ਤੇ ਸੁਰਖ ਜਿਵੇਂ ਕਈ ਰਾਤਾਂ ਲਗਾਤਾਰ ਜਾਗਦਾ ਰਿਹਾ ਹੋਵੇ। ਕੁਰਤੇ ਪਜਾਮੇ ਚੋਂ ਪਹਿਲਾਂ ਨਾਲੋਂ ਵੀ ਕਮਜ਼ੋਰ ਜਾਪਦਾ ਸੀ। ਰੂਤ ਸਿੰਘ ਉਹਨੂੰ ਵੇਖ ਕੇ ਡਰ ਗਿਆ ਸੀ। ਬਾਪੂ ਆਸਮਾਨ ਰੱਖਦੇ ਕਿਤੇ? ਮੈਂ ਸਵੇਰੇ ਆ ਕੇ ਲਾ ਆਸੇ-ਪਾਸੇ ਵੇਂਦੇ ਆ ਕਰਮੁਣੇ ਇਹੀ ਕਿਹਾ ਸੀ ਤੇ ਝੋਲੇ 'ਚੋਂ ਸੇਬਿਆਂ ਨਾਲ ਲਪੇਟੀਆਂ ਗੇਂਦਾਂ ਨਹੀਂ ਕੱਢਣ ਲੱਗ ਪਿਆ ਸੀ। ਰੂਤ ਸਿੰਘ ਪੰਮਤਰਿਆ ਉਹਨੂੰ ਵੇਂਦਾ ਰਿਹਾ। ਇੱਕ ਨੁੱਕਰ 'ਚੋਂ ਬਾਲਟੀ ਚੁੱਕ ਕੇ ਕਰਮਜੀਤ ਨੇ ਉਹ ਗੇਂਦਾਂ ਸਲੀਕੇ ਤੇ ਸਾਵਧਾਨੀ ਨਾਲ ਬਾਲਟੀ 'ਚ ਰੱਖਦੀਆਂ। ਕਿ ਐ ਇਹ ਰੂਤ ਸਿੰਘ ਨੇ ਕਿਸੇ ਅਧਿਕ ਭੈਣ ਨਾਲ ਪੁੱਛਿਆ ਸੀ। ਤੈਨੂੰ ਨਹੀਂ ਪਤਾ। ਕਰਮਜੀਤ ਹੈਰਾਨ ਹੋਇਆ ਸੀ ਤੇ ਫਿਰ ਹੱਸਦੇ-ਹੱਸਦੇ ਨੇ ਆਖਿਆ ਸੀ, ਉਬਲੇ ਆਲੂ ਐ ਕੱਲ ਫੁੱਲਸ ਵਾਲਿਆਂ ਨੂੰ ਖਵਾਣੇ। ਹੰਦੇ ਘੇਰਾਂ ਨਹੀਂ ਤੋੜਨ ਦੇਣਾ ਕਿਉਂ ਬੁੱਢੇ ਬਾਰੇ ਮੇਰੀ ਦਾੜ੍ਹੀ ਪਟਾਉਣਾ ਹੈ ਜਾਂ ਲੈ ਜਾ ਇਹਨਾਂ ਨੂੰ ਨਹੀਂ ਤਾਂ ਮੈਂ ਚੁੱਕ ਕੇ ਬਾਹਰ ਸੁੱਟ ਦੂੰ ਰੂੜ ਸਿੰਘ ਹਰ ਕੇ ਬੋਲਿਆ ਸੀ ਤਾਂ ਕਰਤਾਰੀ ਵੀ ਉੱਠ ਬੈਠੇ ਸੀ ਜਾਗਦੀ ਤੋਂ ਪਹਿਲਾਂ ਵੀ ਸੀ ਉਹ ਪਈ ਸੋਚੀ ਜਾਂਦੇ ਸੀ ਜਿਵੇਂ ਅੱਗੇ ਆ ਕੇ ਲੜ ਝਗੜ ਕੇ ਮੁੜ ਜਾਂਦਾ ਹੈ ਅੱਜ ਵੀ ਮੁੜ ਜਾ ਉਹ ਹੋਰ ਕੀ ਉਹ ਖਰਚਾ ਫੜਾਉਣਾ ਆਉਂਦਾ ਬਾਹਰ ਸਿੱਟੇਂਗਾ ਕਰਮਜੀਤ ਹੱਸਿਆ ਬਾਹਰ ਕਿਵੇਂ ਸਿੱਟੇਂਗਾ ਬਾਪੂ ਸਾਰਾ ਪਾੜਾ ਪਾਸਮ ਹੋ ਜੂ ਤੁਹਾਡੇ ਚੋਂ ਵੀ ਇੱਕ ਨਹੀਂ ਵਚਦਾ ਅਸੀਂ ਜਿਉਂਦੇ ਹੀ ਕਦੋਂ ਛੱਡੇ ਹਾਂ ਤੁਸੀਂ ਇਹ ਦਿਨ ਦੇਖਣ ਤੋਂ ਪਹਿਲਾਂ ਹੀ ਚੰਗਾ ਹੁੰਦਾ ਕਿਸੇ ਬਿਲੇ ਲੱਗਦੇ ਰੂੜ ਸਿੰਘ ਨਹਾਤਾ ਹੋਇਆ ਖੜਾ ਸੀ ਬਾਪੂ ਸਾਡਾ ਟਿਕਾਣਾ ਠੀਕ ਨਹੀਂ ਅੱਜ ਪੁਲਿਸ ਵਾਲਿਆਂ ਉਥੇ ਰੇਡ ਕੀਤਾ ਸੀ ਮੈਂ ਤੜਕੇ ਹੀ ਲੈ ਜਾਂ ਬਾਪੂ ਦੀ ਹਾਲਤ ਵੇਖ ਕੇ ਕਰਮਜੀਤ ਫਸੀਜ ਗਿਆ ਸੀ ਇਸੇ ਕਰਕੇ ਨਰਮੀ ਨਾਲ ਮਿੰਨਤ ਕੀਤੀ ਸੀ ਕੰਜਰਾ ਕਿਤੇ ਬਹੂ ਦੀ ਖਬਰ ਲੈ ਲਿਆ ਕਰ ਪੂਰਾ ਘਰ ਜਵਾਕੜੀ ਪਾਪਾ ਪਾਪਾ ਕਰਦੀ ਫਿਰਦੀ ਹੈ ਉਹਨਾਂ ਨੇ ਕੀ ਪਾਪ ਕੀਤੇ ਹੈ ਰੂਤ ਸਿੰਘ ਕਿੰਨਾ ਦੁਖੀ ਸੀ ਉਦੋਂ ਕਰਮਜੀਤ ਕੁਝ ਨਹੀਂ ਬੋਲਿਆ ਪਰ ਉਹ ਸੰਦਰ ਜੋ ਪੀੜ ਸੀ ਉਹ ਤਾਂ ਵੰਡੀ ਨਹੀਂ ਸੀ ਜਾ ਸਕਦੀ ਇੱਕ ਵਾਰ ਉਹ ਉੱਠ ਬੈਠੀ ਬੇਬੇ ਵੱਲ ਝਾਕਿਆ ਮੋਹ ਨਾਲ ਅੰਦਰੋਂ ਕੁਝ ਛਲਕਿਆ ਸੀ ਜੀ ਚਾਇਆ ਬੇਬੇ ਦੇ ਪੈਰ ਛੂਹਾ ਪਰ ਉਹਦੀ ਪਾਰਟੀ ਚ ਜਜ਼ਬਾਤੀ ਰੋਂ ਦੀ ਕੋਈ ਕਦਰ ਨਹੀਂ ਇਹ ਉਹਨੂੰ ਪਤਾ ਹੈ ਰੂਤ ਸਿੰਘ ਦੇ ਪੈਰਾਂ ਚ ਪਈ ਬਾਲਟੀ ਛੱਡ ਕੇ ਬੋਹੋਂ ਬਾਹਰ ਨਿਕਲ ਗਿਆ ਸੀ ਉਹ ਰਾਤ ਯਾਦ ਕਰਦੇ ਆ ਰੂਤ ਸਿੰਘ ਮਲੇਰੀਏ ਦੇ ਮਰੀਜ਼ ਵਾਂਗ ਮੁੜ ਕੋ ਮੁੜ ਕੇ ਹੋ ਗਿਆ ਪਾਠ ਕਰਨ ਲੱਗਾ ਫਿਰ ਵੀ ਬਾਲਟੀ ਚ ਪਏ ਬੰਬ ਹੋਵੇਂ ਦਿਸਦੇ ਰਹੇ ਬਾਕੀ ਰਹਿੰਦੀ ਰਾਤ ਕਦੇ ਉੱਠ ਕੇ ਤੁਰਨ ਫਿਰਨ ਲੱਗ ਜਾਂਦਾ ਕਦੇ ਪਾਠ ਕਰਨ ਲੱਗ ਪੈਂਦਾ ਮਨ ਸ਼ਾਂਤ ਨਹੀਂ ਸੀ ਇੱਕ ਹੈਰੇ ਸਰੀਰ ਦਾ ਦਰਮਿਆਨਾ ਕੱਦ ਸਾਰੀ ਉਮਰ ਤੰਗੀਆਂ ਦਾ ਪਿੰਜਿਆ ਰੂੜ ਸਿੰਘ ਆਪਣੀ ਲੰਮੀ ਵਿਰਲੀ ਦਾੜੀ ਚੁੰਗਲਾਂ ਫੇਰਦਾ ਸੋਚਣ ਲੱਗਾ ਤੜਕੇ ਬਾਬਾ ਗੱਜਣ ਸਿੰਘ ਕੋਲ ਜਾਵਾਂ ਤਾਂ ਠੀਕ ਹੈ ਬਹੁਤ ਦਿਨ ਹੋ ਗਏ ਗਏ ਨੂੰ ਉੱਥੇ ਪਤਾ ਨਹੀਂ ਐਸੀ ਕਰਕੇ ਮਨ ਨੂੰ ਪਟਕਣਾ ਲੱਗੀ ਰਹਿੰਦੀ ਹੈ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਵੀ ਪਰੇਸ਼ਾਨੀ ਦੂਰ ਹੋ ਜਾਂਦੀ ਹੈ। ਕੁੱਕੜ ਦੀ ਬਾੰਗ ਸੁਣੀ ਤਾਂ ਹੈਰਾਨ ਹੋਇਆ। ਅੱਜ ਤਾਂ ਰਾਤ ਅੱਖਾਂ ਜੀ ਘਟਦੀ। ਉਦੋਂ ਹੀ ਬਾਹਰ ਕਿਸੇ ਨੇ ਬੂਹਾ ਖੜਕਾਇਆ। "ਹੇ ਸੱਚੇ ਪਾਤਸ਼ਾਹ ਸੁੱਖ ਰੱਖੀ।" ਕਹਿ ਕੇ ਰੂੜ ਸਿੰਘ ਉੱਠਿਆ ਤੇ ਬੂਹਾ ਖੋਲਤਾ। ਬਾਹਰ ਟੈਕਸੀ ਧੋਣ ਵਾਲਾ ਰਾਮੂ ਸਹੀਸ ਖੜਾ ਸੀ। "ਬਾਬੂ, ਥਾਣਾ ਵਾਲਾ ਗਾੜੀ ਲੈ ਗਈ ਆ ਰਾਤ ਕੋ। ਕਿਉਂ?" ਰੂੜ ਸਿੰਘ ਦੇ ਬਿਜਲੀ ਡਿੱਗ ਪਈ। ਆਪਣੇ ਪੰਪ ਕਾ 8 9 ਗਾੜੀ ਲੈ ਗਈ ਆ। болਤਾ تھا রাস্তা ਮੇ ਪਾਰ ਕੀਆ ਹੋਰ ਇਹਨਾਂ ਦੀ ਮਾਂ ਦੀ ਰੂਡ ਸਿੰਘ ਗਾਲ ਕੱਢਦਾ ਕੱਢਦਾ ਰੁਕ ਗਿਆ ਨਿਰਨੇ ਕਾਲ ਜੀ ਕਿਉਂ ਜ਼ਬਾਨ ਗੰਦੀ ਕਰਦਾ ਕਰਤਾਰੀ ਨੇ ਸਮਝਿਆ ਸ਼ਾਇਦ ਰਾਮੂ ਨੂੰ ਗਾਲਾਂ ਨਾ ਕੱਢਦਾ ਹੋਵੇ ਰਾਮੂ ਚਲਾ ਗਿਆ ਅੰਮ੍ਰਿਤ ਵੇਲੇ ਫੇਰ ਮਨ ਨੂੰ ਅੱਗ ਲੱਗੀ ਰੂਡ ਸਿੰਘ ਨੇ ਪਾਣੀ ਦੇ ਹੌਤ ਤੇ ਮੂੰਹ ਧੋਤਾ ਫਿਰ ਅੰਦਰ ਆ ਕੇ ਮੱਥਾ ਫੜ ਕੇ ਬਹਿ ਗਿਆ ਐਂ ਬਹਿ ਗਿਆ ਚਾਹ ਫੜਾਉਣਾ ਕਰਤਾਰੀ ਨੇ ਫਿਕਰ ਨਾਲ ਪੁੱਛਿਆ ਗੱਡੀ ਲੈ ਕੇ ਥਾਣੇ ਵਾਲੇ ਰੂੜ ਸਿੰਘ ਨੇ ਕਹਿੰਦਿਆਂ ਚਾਹ ਦੀ ਘੁੱਟਿਓਂ ਭਰੀ ਜਿਵੇਂ ਗਲਾਸ ਚੋਂ ਆਪਣਾ ਲਹੂ ਪੀ ਰਿਆ ਹੋਵੇ। ਕਿਉਂ? ਕਰਤਾਰੀ ਕੋਲ ਹੀ ਬੈਠ ਕੇ। ਉਹਦੀ ਕਿਉਂ ਦਾ ਜਵਾਬ ਨਹੀਂ ਦਿੱਤਾ ਰੂੜ ਸਿੰਘ ਨੇ। ਚਾਹ ਪੀ ਕੇ ਉਹਨੇ ਕੰਧ ਨਾਲ ਟੰਗੀ ਧੂਏ ਨਾਲ ਮੈਲੀ ਹੋਈ ਗੁਰੂ ਨਾਨਕ ਦੀ ਤਸਵੀਰ ਨੂੰ ਮੱਥਾ ਟੇਕਿਆ। ਆਪਣੇ ਸਿਰਾਂ ਨੇ ਹੇਠੋਂ ਵੱਟੋ ਵੱਟ ਹੋਈ, ਨੀਲੀ ਪੱਗ ਚੁੱਕ ਕੇ ਲਪੇਟ ਲਈ। ਗਲਾਸ ਚੋਂ ਰੁਪਏ ਕੱਢ ਕੇ ਜੇਬ 'ਚ ਰੱਖੇ। ਸੁੱਤੇ ਪਏ ਮਹਿਰੂ ਦੇ ਖੀਸੇ 'ਚੋਂ ਟੈਕਸੀ ਦੀਆਂ ਚਾਬੀਆਂ ਕੱਢੀਆਂ। ਇਹ ਇਸਤਾ ਜਬੂਆ ਟੋਕੇ ਬਾਹਰ ਨਿਕਲ ਆਇਆ ਧੰਨਵਾਦ ਚਲਦਾ